ये आ लंडन गोरियां दा शहर, इत्थे रहिंदा पतीज लक्की। घरे कदे पट्ठे नहीं पाए, इत्थे डंगरां नाल फोटोआं खिचाउंदा। ते ये आ मेरी भाभी ते मैं इहदा छड़ा देओर। लक्की दे रिश्ते लई भाभी हर रोज़ कुड़ी देखदी सी, पर लक्की दे नक ते कुड़ी नहीं सी चढ़दी। रोज़ कुत्ते खानी करवा के घरे आईदा सी। ਸਤਿ ਸ਼੍ਰੀ ਅਕਾਲ ਜੀ। ਹੈਲੋ ਬੇਟਾ, ਕੈਸੇ ਹੋ ਮਾਈ ਸਵੀਟ ਸਨ? ਹਾਂ ਮਾਤਾ, ਵੀ ਫਾਈਨ। ਹਾਂ ਬੇਟਾ ਹਾਂ, ਅੱਜ ਫਿਰ ਆਪਕੇ ਲਈ ਇੱਕ ਸੁੰਦਰ ਸੀ ਲੜਕੀ ਦੇਖਣੇ ਆਏ ਹੈ। ਅੱਜ ਫਿਰ ਸਲਾਹ ਭੈਣ ਜੀ ਤੁਹਾਡੀ। ਮੈਨੂੰ ਤਾਂ ਕੁੜੀ ਬਹੁਤ ਪਸੰਦ ਹੈ ਜੀ, ਵੈਰੀ ਨਾਈਸ, ਵੈਰੀ ਨਾਈਸ। ਬਾਕੀ ਜੀ ਫੈਸਲਾ ਜੱਜ ਨੇ ਕਰਨਾ, ਮੇਰਾ ਮੁੰਡਾ ਆਪਦੇ ਵਿਆਹ ਦਾ ਆਪ ਹੀ ਜੱਜ ਹੈ। ਭਾਬੀ ਸਿੱਧਾ ਕਿਉਂ ਨੀ ਕਹਿੰਦੀ ਕਿ ਮੁੰਡਾ ਮੰਨਦਾ ਨੀ? ਕੀ ਕਿਹਾ ਭਾਈ ਸਾਹਿਬ? ਕੁਛ ਨੀ ਵੀਰ ਜੀ, ਮੈਨੂੰ ਤਾਂ ਆਦਤ ਹੈ ਭੌਂਕਣ ਦੀ, ਮੈਂ ਤਾਂ ਮੰਨਿਆ ਹੀ ਪਿਆ। ਇੱਕ ਮਿੰਟ ਵੇਟ। ਹੈਲੋ, ਹੁਣੇ ਮੈਂ ਦੱਸ ਦੀ ਵਾਂ। ਸਵੇਰੇ ਸਵੇਰੇ ਕਿਹਦਾ ਫੋਨ ਆ ਗਿਆ ਮਾਤਾ? ਸਤਿ ਸ਼੍ਰੀ ਅਕਾਲ ਮਾਤਾ। ਸਤਿ ਸ਼੍ਰੀ ਅਕਾਲ ਬੇਟਾ, ਕੈਸੇ ਹੋ? ਮਾਤਾ ਮੈਂ ਯੂਕੇ ਆਇਆ, ਯੂਪੀ ਨਹੀਂ। ਹਿੰਦੀ 'ਚ ਕੋਈ ਗੱਲ ਕਰ ਰਹੀ ਹੈ? ਜੇ ਕਰਨੀ ਆ ਤਾਂ ਅੰਗਰੇਜ਼ੀ 'ਚ ਕਰ। ਲਓ ਫਿਰ ਆਪਾਂ ਅੰਗਰੇਜ਼ੀ 'ਚ ਕਰ ਲੈਂਦੇ ਹਾਂ। ਹਾਉ ਡੂ ਯੂ ਡੂ? ਸਭ ਠੀਕ ਹੈ ਮਾਤਾ, ਤੂੰ ਸੁਣਾ? ਆਲ ਫਾਈਨ। ਇੱਕ ਲੜਕੀ ਦੇਖੀ ਹੈ ਬੇਟਾ, ਯੂ ਸੀ? ਯੂ ਸੀ? ਭੈਣ ਜੀ ਧਿਆਨ ਨਾਲ ਵੇਖੋ, ਫੋਨ ਕੱਟਿਆ ਗਿਆ ਵਾ। ਹਾਂ ਵੀਰ ਜੀ, ਫੋਨ ਨਹੀਂ, ਰਿਸ਼ਤਾ ਕੱਟਿਆ ਗਿਆ ਹੈ। ਕੀ ਮਤਬਲ? ਮਤਲਬ ਕਿ ਮੁੰਡੇ ਨੂੰ ਕੁੜੀ ਪਸੰਦ ਨਹੀਂ ਆਈ, ਪਰ ਮੈਨੂੰ ਕੁੜੀ ਪੂਰੀ ਪਸੰਦ ਹੈ। ਬਾਕੀ ਦੇਖ ਲਓ ਜਿੱਦਾਂ ਤੁਹਾਡਾ ਮਨ ਆਵਾਜ਼ ਦਿੰਦਾ ਹੈ। ਪਾਲੀ ਪੱਤਾ ਫੜ, ਇਹਨਾਂ ਨੂੰ ਬਾਹਰ ਕੱਢ। ਆਓ ਥੋੜ੍ਹੀ ਜਿਹੀ ਕੁੱਤੇ ਖਾਣੀ ਤੁਹਾਨੂੰ ਲਾਈਵ ਦਿਖਾਉਂਦੇ ਹਾਂ। ਭਾਬੀ ਮੇਰੀ ਗੱਲ ਸੁਣ, ਜਿੰਨੀ ਮਿਹਨਤ ਤੂੰ ਲੱਕੀ ਦੇ ਵਿਆਹ ਲਈ ਕਰ ਰਹੀ ਹੈ ਨਾ, ਜੇ ਕਿਤੇ ਮੇਰੇ ਲਈ ਕੀਤੀ ਹੁੰਦੀ ਨਾ, ਹੁਣ ਤੱਕ ਮੇਰੇ ਜਵਾਕਾਂ ਨੇ ਨਾ ਤੈਨੂੰ ਤਾਈ ਕਹਿ ਕਹਿ ਕੇ ਤੇਰੇ ਕੰਨ ਪਾੜੇ ਹੋਣੇ ਸੀ। ਚੁੱਪ ਕਰ, ਹੋਰ ਨਾ ਤੂੰ ਮੈਥੋਂ ਅੜਦੇ ਕੰਨ ਜਿਪਟ ਵਾਲੀ ਹੈ। ਮੈਂ ਜਾ ਕੇ ਕਮੇਟੀ ਵੀ ਖਲਵਾਉਣੀ ਹੈ। ਹਾਂਜੀ ਆ ਗਏ ਸਾਰੇ ਮੈਂਬਰ? ਆ ਗਏ ਜੀ, ਆ ਗਏ ਜੀ, ਆ ਗਏ ਜੀ, ਆ ਗਏ। ਚਲੋ ਕਰੋ ਫਿਰ ਬੋਲੀ ਸ਼ੁਰੂ, ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਹੈ। ਬੀਬੀ ਪਹਿਲੀ ਬੋਲੀ ਮੇਰੀ 500 ਰੁਪਏ ਦੀ। ਮੇਰੀ 1000 ਰੁਪਈਆ। ਮੇਰੀ 1100। ਲੈ ਮਾਈ ਸਾਡੇ ਵੱਲੋਂ 1200। ਅੱਛਾ ਸਾਡੇ ਹੁੰਦਿਆਂ ਕੋਈ ਦੁੱਕੀ ਤਿੱਕੀ ਬੋਲੀ ਵਧਾ ਜੇ? ਕਦੇ ਵੀ ਨਹੀਂ। 2000। ਲਓ ਵੀ 5000 ਦੀ ਬੋਲੀ ਵਿੱਚ 2000 ਦਾ ਘਾਟਾ ਤਾਂ ਕੋਈ ਬੇਵਕੂਫੀ ਖਾ ਸਕਦਾ। 2500 ਰੁਪਈਆ। ਆ ਵੀ ਮੰਗਿਆ, ਕੀ ਕਹਿਣਾ ਸੀ ਦੁੱਕੀ ਤਿੱਕੀ? ਹੁਣ ਬੋਲ, ਹੋ ਗਈ ਬੋਲੀ? ਭਾਬੀ ਚੱਕਦਾ ਫਿਰ। 3500। 3300।
ਲੋਬੀ 5000 ਦੀ ਕਮੇਟੀ ਵਿੱਚ 3600 ਦਾ ਘਾਟਾ ਤਾਂ ਕੋਈ ਬੇਵਕੂਫੀ ਕਰ ਸਕਦਾ। ਭੈਣ ਜੀ ਕਮੇਟੀ ਇਹਨਾਂ ਨੂੰ ਦੇ ਦਿਓ। ਲੋਬੀ ਸੁਣੋ ਫਿਰ, ਸਬਰ ਸੰਤੋਖ ਦੀ 3600 ਦੇ ਘਾਟੇ ਤੇ ਕਮੇਟੀ ਚੱਕੀ। ਤਾੜੀਆਂ। ਕਮੇਟੀ ਟਾਈਮ ਸਿਰ ਦੇ ਦਿਓ। ਠੀਕ ਹੈ ਜੀ, ਚਲੀਏ। ਤੁਸੀਂ ਪਰਸ ਬਣਾਓ ਜਿਹ ਚ ਰੱਖਣੇ ਆ। ਵੱਡਾ ਮੋਰਚਾ ਮਾਰ ਕੇ ਗਏ, ਵਧਾਈ ਤੇ ਦੇ ਦਈਏ। ਹਾਂ ਦੇ ਦੇ, ਜਾਓ ਜਾਓ ਜਾਓ। ਚੰਗੀ ਕਮੇਟੀ ਚੁੱਕੀ ਆ, ਨਾਮ ਸਬਰ ਸੰਤੋਖ ਰੱਖਿਆ ਤੇ ਹੈਗਾ ਵਿੱਚ ਮਾਸਾ ਵੀ ਨੀ। ਅਸਲ ਚ ਨਾ ਰਕਮ ਵੀ ਬੜੀ ਵੱਡੀ ਤੇ ਰਿਸਕ ਬਹੁਤ ਜ਼ਿਆਦਾ ਹੈ। ਹੋ ਸਕਦਾ ਮੇਰੀ ਕਮਿਸ਼ਨ ਦੇਣ ਦੇ ਮਾਰੇ ਭੱਜ ਗਏ ਹੁਣ, ਪਰ ਜੇ ਉਹਨਾਂ ਨੂੰ ਬੰਦੇ ਪੈ ਗਏ ਫਿਰ ਕੀ ਕਰਨਗੇ। ਕਮਲਿਆਂ ਨੇ ਮੇਰੀ ਬਾਡੀ ਵੱਲ ਧਿਆਨ ਨਹੀਂ ਦਿੱਤਾ, ਮੈਨੂੰ ਬਾਡੀਗਾਰਡ ਨੂੰ ਨਾਲ ਲੈ ਜਾਂਦੇ। ਜੇ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਮੈਂ ਇਕੱਲੇ ਨੇ ਇੰਨੀਆਂ ਜੁੱਤੀਆਂ ਖਾਣੀਆਂ ਜਿੱਦਾਂ ਪੈਟਰੋਲ ਪੰਪ ਦੇ ਨੰਬਰ ਘੁੰਮਦੇ ਆ। ਕੋਈ ਨਾ, ਕਰਦਾ ਗੱਲ ਭੋਲੇ ਜੇ ਬੰਦਿਆਂ ਨਾਲ। ਵੇ ਭੰਬੀਰੀ ਇੱਧਰ ਆਵੇ ਮਾੜਾ ਜਾ। ਏ ਇੰਨਾ ਕੁ ਠੀਕ ਆ? ਓਹੋ ਵੇ, ਮੇਰਾ ਮਤਲਬ ਹੈ ਨੇੜੇ ਆ ਕੇ ਗੱਲ ਸੁਣ। ਅੱਛਾ, ਇਹ ਹੁਕਮ ਕਰੋ ਭੈਣ ਜੀ। ਹੁਕਮ ਨਹੀਂ, ਤਰ ਲੈ। ਤਰ ਲਾ ਫਿਰ ਮੰਜੇ ਤੇ, ਮੈਨੂੰ ਬੈਠਣ ਦਿਓ, ਤੁਸੀਂ ਇੱਥੇ ਆ ਕੇ ਬੈਠੋ, ਥੋੜ੍ਹੀ ਜਿਹੀ ਫੀਲਿੰਗ ਤਾਂ ਲੈਣ ਦਿਓ ਮੈਨੂੰ ਵੀ। ਆ ਚੱਲ ਡਾਇਰੈਕਟਰ ਤਰਲੇ ਤੇ ਆ ਜਾਓ। ਤਰਲਾ ਇਹ ਹੈ, ਮੈਂ ਸੁਣਿਆ ਤੂੰ ਰਿਸ਼ਤੇ ਬਹੁਤ ਕਰਾਉਣਾ, ਮੇਰੇ ਲੱਕੀ ਲਈ ਕੋਈ ਵਧੀਆ ਜਿਹੀ ਕੁੜੀ ਦੇਖ। ਹੈਗੀ ਇੱਕ ਕੁੜੀ ਮੇਰੀ ਨਜ਼ਰ, ਕੁੜੀ ਨੂੰ 100 ਰੁਪਇਆ ਦੇ ਦਿਓ, ਬਾਜ਼ਾਰ 'ਚ ਘੱਲ ਦਿਓ, 100 ਦਾ 100 ਲੈ ਕੇ ਘਰੇ ਆ ਜਾਂਦੀ। ਬਹੁਤ ਕੰਜੂਸ ਆ, 1 ਰੁਪਇਆ ਨਹੀਂ ਲਾਉਂਦੀ। ਉਹ ਕਿਵੇਂ? ਅੰਨੀ ਆ ਵਿਚਾਰੀ, ਪਤਾ ਹੀ ਨਹੀਂ ਨਾ ਲੱਗਦਾ ਕੀ ਖਰੀਦਣਾ ਕੀ ਨਹੀਂ ਖਰੀਦਣਾ। ਬੇ ਮੇਰਾ ਮੁੰਡਾ ਬਾਹਰ ਹੈ ਯੂਕੇ 'ਚ, ਕੋਈ ਚੰਗੀ ਜਿਹੀ ਕੁੜੀ ਦਾ ਰਿਸ਼ਤਾ ਦੱਸ। ਉਹ ਭਾਬੀ ਭਾਬੀ ਐਂ ਕਰੋ, ਇਹ ਰਿਸ਼ਤਾ ਨਾ ਹੋਲਡ 'ਤੇ ਰੱਖੋ, ਮੈਂ ਇਹਦੇ ਬਾਰੇ ਪਰਸਨਲੀ ਸੋਚਾਂਗਾ। ਫਿਲਹਾਲ ਤੇਰੇ ਕੋਲ ਜਿਹੜੀ ਕੁੜੀ ਹੈਗੀ ਨਾ ਤੂੰ ਉਹ ਦੱਸ। ਇੱਦਾਂ ਦੀ ਕੁੜੀ ਵੀ ਹੈਗੀ ਆ ਮੇਰੀ ਨਜ਼ਰ 'ਚ, ਬਹੁਤ ਸਿਆਣੀ ਕੁੜੀ, ਚਵਈ ਗਾਊ, ਟਸ ਤੋਂ ਮਸ ਨਹੀਂ ਕਰਦੀ, ਜੋ ਮਰਜ਼ੀ ਕਹੀ ਜਾਓ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੀ ਹੈ। ਪਰ ਇੱਕ ਗੱਲ, ਕੁੜੀ ਦੇ ਮਾਂ ਹੈ, ਬਾਪ ਨੇ ਪਾਲੀ ਆ ਨਾ ਵਿਚਾਰੀ, ਉਹ ਬਜ਼ੁਰਗਾਂ ਦਾ ਸਤਿਕਾਰ ਬਹੁਤ ਕਰਦੀ ਹੈ। ਭਾਬੀ ਬਾਲਾ ਨਾ ਸੋਚ, ਨਹੀਂ ਤੇ ਫਿਰ ਮੈਂ ਆਪਣਾ ਹਿਸਾਬ ਕਿਤਾਬ ਫਿੱਟ ਕਰ ਲਾਂਗਾ। ਤੇਰਾ ਹਿਸਾਬ ਕਿਤਾਬ ਮੈਂ ਫਿੱਟ ਕਰੂੰ, ਉਹ ਵੀ ਤੂੜੀ ਵਾਲੇ ਕਮਰੇ 'ਚ, ਮੇਰਾ ਲੱਕੀ ਇੱਕ ਵਾਰੀ ਮੰਨ ਤਾਂ ਜਾਵੇ। ਯਾਰ ਮਾਤਾ ਦਾ ਫੋਨ। ਲੱਕੀ ਪੁੱਤਰ। ਹਾਂ ਮਾਤਾ। ਮਾਤਾ ਜੇ ਕੁੜੀ ਦਿਖਾਉਣੀ ਆ ਤਾਂ ਮੈਂ ਕਾਲ ਕੱਟਣ ਲੱਗਾ। ਨਾ ਮੇਰਾ ਪੁੱਤ, ਤੂੰ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਪੂਰੀ, ਜਿਹੜੀ ਕੁੜੀ ਮੈਂ ਦੇਖੀ ਹੈ ਨਾ ਤੇਰੇ ਲਈ, ਉਹ ਪੂਰੀ ਦੀ ਪੂਰੀ ਤੇਰੇ ਲਾਇਕ ਹੈ, ਫੁੱਲ ਵਟਾ ਫੁੱਲ। ਪੁੱਤ ਤੂੰ ਇੱਕ ਵਾਰੀ ਗੱਲ ਕਰਕੇ ਤਾਂ ਦੇਖ ਲਾ, ਫਿਰ ਜਿਵੇਂ ਤੂੰ ਕਹੇਗਾ ਆਪਾਂ ਉਵੇਂ ਕਰਾਂਗੇ। ਤੈਨੂੰ ਮੇਰੀ ਸੌਂ ਲੱਗੇ ਪੁੱਤ, ਤੂੰ ਇੱਕ ਵਾਰੀ ਗੱਲ ਕਰ ਲੈ। ਚੱਲ ਠੀਕ ਹੈ ਮਾਤਾ। ਮੇਰਾ ਬੀਬਾ ਪੁੱਤ, ਮੈਂ ਹੁਣੇ ਕਰਾਉਣੀ ਆ ਤੇਰੇ ਨਾਲ ਗੱਲ, ਆ ਜਾ ਬੇਟਾ, ਆ ਜਾ ਆ ਮੇਰੀ ਧੀ, ਕਮਾਨ ਲੈ ਪੁੱਤ ਕਰ ਗੱਲ, ਲਓ ਪੁੱਤ ਆਰਾਮ ਨਾਲ ਗੱਲ ਕਰੋ, ਮੈਂ ਹੁਣੇ ਆਈ। ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਵਧੀਆ? ਤੁਹਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਤਾਂ ਨਹੀਂ ਹੋ ਰਹੀ? ਮੇਰਾ ਮਤਲਬ ਜੇ ਕੋਈ
ये रिश्ता हो जाता तो तुसी खुश तो होवोगे? हाँ जी, पापा जी जो करेंगे चंगे ही करेंगे, ओना दा हुकम सिर मत्थे ते। हाँ जी पुत्र, किमें लगी कुड़ी? ठीक है माता। की? एक ही सुन रही हूँ मैं। देख लो, माता जी में तनु सही लगता। मतलब तनु रिश्ता पसंद है। ठीक है माता। मैंने तो यकीन ही नहीं आता, बे पुत्र मैंने तू अटैक ना करा दी किते। मैंने तो यकीन ही नहीं हो रहा, मैं ये खुशखबरी सबनु दस दी हाँ। बेटा जी आजा छेती। ले भाई सिया, मेरा काम सी दोवा करानु जोड़ना, मैं ता जड़ते को। चलो चंगा जी, अपना ख्याल रखे। मुबारकां जी मुबारकां, लक्की ने हाँ करती। मुबारकां मुबारकां, मैं जी फिर ता थवानु भी बहुत बहुत मुबारकां। करती लक्की ने हाँ कमें करती। दसो फिर कदों कड़ा ये सहा? जदों ही लक्की आंदा आपा सहा कड़ा लेने। ठीक है जी, लो जेड़ा रिश्ता मैं करावा ना हो ही नहीं सकती। ते मेरे वारी मर गया हां फिर। तेरी तो डेट एक्सपायर हो गया। लोकां दियां दो दो वोटियां, मेरी एक भी ना रब्बा तू बनाई। लोकां दियां मुंह बंद कर अपना, और ना तेन मैं हुणे कोड़ी चढ़ा दियां। भाभी भाभी मेरी गल सुन, मैं इतों नहीं स्यापे होंगे, कोई आ कम करने वाली रख, हाले मेरा अख मटका चलता रहा करूगा। मैं तो मुंह ना बना ली, मैं तो दफा कम कर अपना। लक्की भाभी, लक्की आ गया। ठीक है मेरा वीर, फटाफट मेरा एनक ते बैग लेके आ, जल्दी जल्दी आ जी। चले चले हुणे आ जा। बेबे स्टॉप स्टॉप स्टॉप। की गल माता, पूजा करनी? पूजा करनी नहीं, पूजा मलाउनी है। भाभी ओ भैन जी भैन जी भैन जी, मुंडे दा पैर थल्ले नहीं सी लगन देना। ओ मैं ता कहना चलो सीधा सारे दे करे। चलो 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 बेबे, बेबे गल तो सुनो। चलो चलो चलो, जाना किथे है? ओ गल तो दसो। ओ आ जा भाई कुड़िए, बह जा। सत श्री अकाल जी। देख ला भाई सा, मुंडा सात समुद्रों पार तो लेके सीधा तेरे घरे आके बिठाता। ऐ मलाना मैं ता मेल। सत श्री अकाल जी। सत श्री अकाल। कर ला गल। बह जा पुत बह जा। धन भाग साडी भैन जी, जेड़ा थवाडे वर्गे चंगे रिश्तेदार नाल रिश्ता जोड़न लगे। धन भाग ता साडे है वीर जी, जेड़ी इन्नी चंगी ते सोहणी कुड़ी दित्ती है मालक ने। ਲੋ ਫਿਰ ਨੇਕਾਂ ਵਿੱਚ ਦੇਰੀ ਕਾਦੀ, ਕਦੋਂ ਰੱਖੀਏ ਵਿਆਹ ਫਿਰ ਦੱਸੋ। ਲਾ ਅਸੀਂ ਧੀ ਦੇ ਮਾਪਿਆਂ ਨੇ ਕੀ ਕਹਿਣਾ ਹੋਇਆ, ਇਹ ਤਾਂ ਭੈਣ ਜੀ ਜਿਵੇਂ ਹੁਕਮ ਕਰਨਗੇ ਉਵੇਂ ਕਰ ਲਾਂਗੇ। ਦੱਸੋ ਫਿਰ ਭੈਣ ਜੀ। 15 ਤਰੀਕ ਤੋਂ ਬਾਅਦ ਜਾਣਾ ਲੱਕੀ ਨੇ, ਉਦੋਂ ਪਹਿਲਾਂ ਕਰਨਾ ਪਊ। ਭਾਬੀ ਲੱਕੀ ਤਾਂ 2 ਮਹੀਨੇ ਦੀ ਛੁੱਟੀ ਆਇਆ। ਕੋਈ ਭੁੱਲ ਜਾਣਾ। ਦੇਖ ਵਿਚੋਲਾ ਸਾਹਿਬ, ਤੂੰ ਦੋਹਾਂ ਧਿਰਾਂ ਨੂੰ ਜਾਣਦਾ, ਤੂੰ ਹੀ ਕੋਈ ਤਰੀਕ ਬੰਨਦੇ। ਲਓ ਜੇ ਤੁਸੀਂ ਮੇਰੀ ਮੰਨਦੇ ਹੋ, ਅੱਜ ਹੈਗੀ 11 ਮਾਰਚ, 11 ਦਿਨਾਂ ਬਾਅਦ ਰੱਖ ਦਿੰਦੇ ਆ 22 ਮਾਰਚ ਨੂੰ, ਕਰੋ ਪੱਕਾ। ਕੀ ਕਹਿੰਦੇ? ਸਾਨੂੰ ਵੀ ਮਨਜ਼ੂਰ ਹੈ ਭੈਣ ਜੀ। ਵਧਾਈਆਂ ਫਿਰ ਵੀ ਦੋਨਾਂ ਪਰਿਵਾਰਾਂ ਨੂੰ। ਓਏ ਤੈਨੂੰ ਸਭਾ ਵਧਾਈਆਂ। ਥੈਂਕ ਯੂ। ਤੁਹਾਨੂੰ ਆਂਚ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਜੀ। ਤੁਹਾਨੂੰ ਪਤਾ ਮੇਰਾ ਵਿਆਹ ਕਰਾਉਣ ਨੂੰ ਬਿਲਕੁਲ ਵੀ ਮਨ ਨਹੀਂ ਕਰ ਰਿਹਾ, ਪਰ ਜਦੋਂ ਦਾ ਤੁਹਾਨੂੰ ਦੇਖਿਆ ਨਾ, ਮੇਰੇ ਕੋਲ ਨਾ ਹੀ ਨਹੀਂ ਹੋ ਪਾਈ।
मेरा तो मन ही मर गया सी व्याह तो, पर तानू देखने तो बाद नवे नवे चा उठते हैं मन च। ऐसा व्याह हो कि पता लग जाए एक बार कि कोई व्याह होया। दुनिया नू पता लगे या ना लगे, व्याह ता हो ही जाना ना। मतलब मेरी दिली इच्छा है कि साड़ा व्याह बिल्कुल सादे तरीके नाल होवे, चुन्नी चढ़ावा टाइप। पर क्यों? और मैं थानू की दसा, मेरे पापा ते ता पहले ही बहुत कर्जा है। मैं नहीं चाहती कि मेरे व्याह दी ठाट बाट विच उन्हां ते होर बोझ पवे। साडे समाज ता कुड़ियां पहले ही बोझ हुंदियां ने। मैं अपने पापा ते बोझ नहीं, उन्हां दा माण बन के जाना चाहुंदी आ। मैं बीची नाल गल करूंगा ते पूरी कोशिश करूंगा कि जिदा तुसी चाहुंदे हो व्याह उदा ही होवे। ओ मैं क्या भैन जी, पुछो ही ना। पुछा क्यों ना, पुछूंगी तो मैं जरूर, दस की कहना। भाई कुड़ी वालिया ने इनिया सोहनिया वरिया बनाईया, इनिया सोहनिया वरिया बनाईया, दिल करदा देखी जाओ देखी जाओ। अच्छा? हाँ भाई, होर ता होर जिहड़ी उन्होंने मैनू छाप पाउणी आ ओह भी बहुत सोहनी आ। मैं तो तुहानूं ऐ कहिंदा सी जिहड़ी छाप तुसीं मैनू पाउणी आ दिखाई दिंदे, क्योंकि उंगलां दा हिसाब किताब थोड़ा जिहा कई वारी छोटा वड्डा हो जांदा। देख भाई, छाप मैं तैनू तां पाऊं जो इक छाप वध पाउणगे, नहीं तो फिर अपक नाल ही सार लिया। सस्कल वीरे। ओ सस्त्रीकाल, किवें आ? वधिया वीरे, वधिया। आजा आजा बैठो बेटा। ओ किवें दास जा होया बैठा? की होया? ओ तेरे मुंह दी रौणक किधर गई बेटा, बोलो। बीबी जी, आपां चुन चढ़ावा कर लिया तां एक तां अपने पैसे बच जाणगे नाल कुड़ी वालियां दे। तू बहुता सियाणा ना बण, चुप करके बह जा। हैं, मैं तां सारा पिंड बरात लेके जानी है तेरी, नाले आ चुन्नी चन्नी चढ़ावा कुछ नहीं हुंदा, अंडरस्टैंड? ओ ना बीबी ना, ओ लक्की नूं व्याह तक बैठण नूं ना कह। ओ मैं तां कहिंदा साले नूं पंजाब जाके मार, इहनूं वी पता लगे कि व्याह कराउणे सोखे नहीं हुंदे। दस्सां तुहानूं मैं। चंगा भैन जी, मैं तां फिर चलदा। ओ चंगा बई। नहीं मां सदके मेरी जीती, मेरा जीती पुत्त। आजो पुत्त आजो बैठो। हां तू किधर चलया, जा जाके तैयारी कर। चंगा। और सब ठीक? हां जी। यार बीबी ने गल की सी, सॉरी। हेलो रजू, किता बीबी चून चढ़ावे वास्ते नहीं मानती मैनू, लैके ओदियां अपनियां रीचां ने जिन्हां नूं मैं चाके भी नहीं तोड़ सकता। सॉरी सॉरी रजू। की होया तानू, हुने तां खुश सी, केड़िया सोचा विच पै गए? जदों जिंदगी दियां कुछ रीझां ना रह जांदियां तां उह सारी जिंदगी परेशान करदी। केड़ी रीझ अधूरी रह गई अजकल, सानू भी तां दसो। खड़ जा, तैनू मैं दसदी। ਚੰਗਾ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਵਿਆਹ ਦੀਆਂ ਤਿਆਰੀਆਂ ਪੂਰੀਆਂ ਨੇ ਨਾ? ਹਾਂ ਤਿਆਰੀਆਂ ਠੀਕ ਠਾਕ ਹੈ, ਬਸ ਇੱਕੋ ਬੇਨਤੀ ਹੈ ਵੀ ਤੂੰ ਨਾ ਜੰਜ ਲੈ ਕੇ ਟਾਈਮ ਸਿਰ ਪਹੁੰਚ ਜੀ। ਨਾ ਨਾ ਤੂੰ ਫਿਕਰ ਨਾ ਕਰ, ਪਹਿਲਾਂ ਹੀ ਕਿਹਾ ਹੋਇਆ ਮੇਰਾ ਤਾਂ ਉਹਨਾਂ ਨੂੰ। ਹਾਂ ਹਾਂ।
ਇਹ ਤਾਂ ਆਪਣਾ ਮੁੰਡਾ ਹੈ। ਹਾਂ ਹਾਂ ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹੋਰ ਤਕੜਾ ਹੈ? ਹਾਂਜੀ ਹਾਂਜੀ। ਕਦੋਂ ਦਾ ਰੱਖਤਾ ਪੈਣ ਦਾ ਵਿਆਹ ਫਿਰ? ਉਹ ਸ਼ੇਰਾ 22 ਮਾਰਚ ਦਾ ਰੱਖਿਆ। ਤੁਸੀਂ ਸਾਰਿਆਂ ਨੇ ਹੁੰਮ ਹਮਾ ਕੇ ਪਹੁੰਚਣਾ। ਹਾਂਜੀ ਹਾਂਜੀ ਜ਼ਰੂਰ ਚਾਚਾ ਜੀ, ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਵੀ। ਜੇ ਕੋਈ ਲੋੜ ਹੋਈ ਤਾਂ ਦੱਸਿਓ, ਕਸਰ ਨਹੀਂ ਛੱਡਣੀ ਆਪਾਂ। ਉਹ ਤਾਂ ਕੋਈ ਕੰਮ ਹੋਊਗਾ ਤੁਹਾਨੂੰ ਨਹੀਂ ਦੱਸਾਂਗੇ ਤਾਂ ਹੋਰ ਕਿਹਨੂੰ ਦੱਸਾਂਗੇ? ਤੁਹਾਡੇ ਸਾਰੇ ਤਾਂ ਵਿਆਹ ਕਰਨ ਲੱਗੇ ਆ। ਹਾਂਜੀ ਹਾਂਜੀ ਜ਼ਰੂਰ ਚਾਚਾ ਜੀ, ਸਤਿ ਸ਼੍ਰੀ ਅਕਾਲ। ਚੰਗਾ ਪੁੱਤ, ਚੰਗਾ ਆਉਣਾ ਜ਼ਰੂਰ ਸ਼੍ਰੀ ਸਾਰਿਆਂ ਨੇ। ਹਾਂਜੀ ਹਾਂਜੀ ਜ਼ਰੂਰ ਚਾਚਾ ਜੀ। ਚੰਗਾ ਚੰਗਾ, ਇਹ ਆਪਣਾ ਚੰਗਾ ਭਾਈ ਪ੍ਰੇਮੀ ਮੁੰਡਾ। ਓ ਬਾਪੂ ਯਾਰ, ਮੈਂ ਵਿਆਹ 'ਤੇ ਆਇਆ, ਮਰਗ 'ਤੇ ਥੋੜ੍ਹੀ ਆਇਆ ਯਾਰ। ਦੋ ਚਾਰ ਦਿਨ ਤਾਂ ਲੱਗਣਗੇ ਹੀ। ਓ ਕਿਉਂ ਤੂੰ ਲਹੂ ਪੀਤਾ ਮੇਰਾ? ਅਤੇ ਟੁੰਟਣਾ ਜਿਹਾ ਬੰਦ ਕਰ, ਜੇ ਤੇਰਾ ਬਾਪੂ ਦਾ ਦਿਲ ਨਹੀਂ ਲੱਗਦਾ ਤਾਂ ਉਹਨੂੰ ਇੱਥੇ ਬੁਲਾ ਲਾ, ਤੂੰ ਬਹਿ ਇੱਥੇ। ਪ੍ਰਾਹੁਣਿਆ, ਗੁੱਸਾ ਥੁੱਕ ਦੇ, ਹੁਣ ਬਥੇਰੀ ਹੋ ਗਈ ਆ। ਗੁੱਸਾ ਨਹੀਂ ਥੁੱਕਦਾ ਮੈਂ, ਇਹ ਜਾਉ ਮੜੀਆਂ ਦੇ ਨਾਲ ਹੀ। ਐ ਕਮਲਾ ਕੀ ਕਰੀ ਜਾਂਦਾ? ਪਾਪਾ ਪਾਪਾ, ਇਹਨਾਂ ਨੂੰ ਕਹਿ ਹੁਣ ਤਾਂ ਦੁੱਧ ਪਿਆ ਦੋ। ਦੁੱਧ ਪਿਆ ਦੇ, ਬੰਨੀਆਂ ਇਹਨਾਂ ਬੂਰੀਆਂ, ਦਿੰਦੇ ਤੈਨੂੰ ਝੋ ਕੇ। ਉਹ ਜਿੱਦਾਂ ਦੀ ਸੇਵਾ ਸਾਂਢੂ ਦੀ ਹੋਣ ਦੀ ਨਾ ਤਿੰਨਾਂ ਦਿਨਾਂ ਤੋਂ, ਉਦਾਂ ਦੀ ਇਹਨਾਂ ਤੇਰੀ ਕਰ ਦੇਣੀ ਪੁੱਤ। ਰਿਸ਼ਤੇਦਾਰਾਂ ਸੇਵਾ ਇਹਨਾਂ ਕੀ ਕਰਨੀ ਆ, ਇਹਨਾਂ ਲੱਗਦਾ ਮੇਰੇ ਕੋ ਕਰਵਾ ਪੈਣੀ ਆ। ਓਏ ਆ ਵੇ ਪ੍ਰਾਹੁਣਿਆ, ਤੇਰੇ ਅੱਗੇ ਹੱਥ ਜੋੜੇ ਆ, ਵਿਆਹ 'ਚ ਹੋਰ ਨਾ ਵੀਦਾ ਲੇਖਾ ਪਾ ਦੀ, ਮੈਨੂੰ ਤੇ ਇਹ ਡਰ ਆਈ ਜਾਂਦਾ। ਨਾ ਕਰਨ ਨਾ ਕਰਨ, ਟੂੜੂ ਆਪਣਾ ਇੰਤਜ਼ਾਮ ਕੀਤਾ ਆ। ਕੰਜਰਾ ਇਹ ਕਿੱਥੋਂ ਚੁੱਕ ਲਿਆ ਵਾ? ਚੁੱਕ ਕੇ ਨਹੀਂ ਲਿਆਂਦੇ, ਮੈਂ ਦਿੱਤੇ ਆ। ਤੂੰ ਨੀ, ਮੁਰਗੀ ਨੇ ਦਿੱਤੇ ਆ। ਉਹ ਚੰਗਾ ਭਰਾਵਾ, ਦਿੱਤੇ ਮੁਰਗੀ ਨੇ, ਲਿਆਂਦੇ ਤੇ ਮੈਂ ਹੀ ਆ। ਮੁਰਗਾ ਨਾ ਵੱਡਿਓ, ਭਰੂਣ ਹੱਤੇ ਹੀ ਕਰੀ ਜਾਇਓ। ਉਹ ਚੰਗਾ ਮਾਸੜਾ, ਸਾਥੋਂ ਨੀ ਤੁਹਾਡੇ ਨਾਲ ਵਾਰੇ ਸਾਰੇ ਆਇਆ ਜਾਂਦਾ। ਉਹ ਪੁੱਤ, ਜਿੱਦਣ ਮੈਂ ਕਰੂੰਗਾ ਨਾ ਆਪਣੇ ਪੁੱਤ ਦਾ ਵਿਆਹ, ਮੈਂ ਤੈਨੂੰ ਫੇਰ ਦੱਸੂਗਾ। ਵਿਆਹ ਉਹ ਨੀ, ਵਿਆਹ ਆ ਹੁੰਦਾ ਵਾ। ਪੁੱਤ ਕਰਤਾ ਸਿੱਧਿਆ ਤੈਨੂੰ ਮੈਂ। ਚਾਹ ਵੀ ਪਾਣੀ ਅਰਗ ਗਈ ਆ। ਮੇਰੇ ਵਾਰੀ ਕਾਲ ਪੈਂਦਾ ਏ, ਨਾਲੇ ਯਾਰੋ ਮੈਂ ਤਾਂ ਕਦੀ ਦਿਨ ਵਾਰ ਦਾ ਵੀ ਭਰਾ ਨੀ ਕੀਤਾ ਹੈ। ਤੂੰ ਵੇਖ ਲੈਣਿਆ ਵੇ, ਤੂੰ ਕਿੱਥੋਂ ਆ ਗਿਆ? ਜਾ ਦਫਾ ਹੋ ਜਾ। ਵੈਰੀ ਵੈਰੀ ਡੇਂਜਰਸ। ਉਹ ਆ ਜਾ ਆ ਜਾ ਬੇਬੇ, ਕੁਛ ਨੀ ਹੁੰਦਾ, ਆਉਂਦੇ ਆਉਂਦੇ। ਬੇ ਪੁੱਤ, ਇਹਨੂੰ ਕਾਹਨੂੰ ਲਈ ਜਾਣਾ? ਇਹ ਤਾਂ ਮਨਹੂਸ਼ ਹੈ, ਜਿਹਦੇ ਜਿਹਦੇ ਵੀ ਘਰੇ ਗਿਆ ਉੱਥੇ ਉੱਥੇ ਮਨਹੂਸ ਗੱਲ ਹੋਈ। ਉਹ ਲੈ, ਉਹ ਮਾਤਾ ਕੁਛ ਨੀ ਹੁੰਦਾ, ਤੂੰ ਐਵੇਂ ਵਹਿਮਾਂ ਪਰ ਮਚਣਾ ਪਿਆ ਕਰ, ਚੱਲ ਆ ਜਾ ਓਏ, ਚਲਾ। ਹੇ ਸੱਚੇ ਪਾਤਸ਼ਾਹ, ਸੁੱਖ ਰੱਖੀ। ਇਹ ਤਾਂ ਮੱਥੇ ਲੱਗਿਆ ਮਾੜਾ, ਇਹ ਤਾਂ ਅੰਦਰੀ ਆ ਬੜਿਆ। ਪ੍ਰਾਹੁਣਿਓ, ਤੁਸੀਂ ਵੀ ਅੰਦਰ ਜਾ ਕੇ ਖਾਓ ਪੀਓ, ਆ ਜਾਓ। ਚਲੋ ਆ ਜਾਓ, ਚਲੋ ਬਈ ਆ ਜਾਓ, ਬਈ ਆ ਜਾਓ, ਅੰਦਰ ਚੱਲਦੇ ਆ। ਖਾਓ ਵੀ ਲੱਡੂ, ਸੁਖ ਨਾਲ ਮੇਰੇ ਭਤੀਜੇ ਦਾ ਵਿਆਹ ਆ। ਫੜੋ ਫੜੋ ਯਾਰ, ਫੜੋ ਫੜੋ। ਬੇਬੇ ਮੈਨੂੰ ਬੁਰਸ਼ਟ ਲੈ ਦਿਓ। ਚੁੱਪ ਕਰ, ਫੈਂਟਾਂ ਵਾਲੀ ਲਿਆਦਾ ਤੈਨੂੰ ਪਹਿਲਾਂ ਮੈਂ ਫੰਟ ਵਾਲੀ। ਨਹੀਂ ਨਹੀਂ ਬਸ, ਮੈਂ ਨਹੀਂ। ਕਿਉਂ ਵਿਚੋਲਿਆ, ਤਿਆਰੀਆਂ ਪੂਰੀਆਂ? ਲੈ ਉਹ ਭਮੀਰੀ ਨੇ ਰਿਸ਼ਤਾ ਕਰਾਇਆ, ਤਿਆਰੀਆਂ ਕਿਉਂ ਨਹੀਂ ਹੋਣੀਆਂ ਪੂਰੀਆਂ? ਇੱਧਰ ਵੀ ਤਿਆਰੀਆਂ ਤੇ ਉੱਧਰ ਵੀ ਤਿਆਰੀਆਂ। ਹਾਂ, ਇਹਦਾ ਮਤਲਬ ਫਿਰ ਅਸਤਬਾਜੀ ਚੱਲੂਗੀ। ਓਏ ਚੱਲੂਗੀ ਚੱਲੂਗੀ, ਕਿਉਂ ਨਹੀਂ, 22 ਤਰੀਕ ਨੂੰ ਚੱਲੂਗੀ, ਵੇਖੀ ਫਿਰ ਪੈਂਦੇ ਪਟਾਕੇ। ਉਹ ਆ ਜਾ ਆ ਜਾ,
ਓ ਜੁੱਤੀ ਤੇ ਲਾ ਲੈਣ ਦੇ ਓ ਕੋਈ ਨਾ ਬਹਿ ਆ ਬਹਿ ਇੱਥੇ ਓ ਇਹਨੂੰ ਕਿੱਧਰ ਲੈ ਕੇ ਆ ਗਿਆ ਕਲੈਣੇ ਨੂੰ ਯਾਰ ਓ ਚਾਚਾ ਟੈਨਸ਼ਨ ਕਾਹ ਤੋਂ ਲੈਣਾ ਤੂੰ ਚੱਲ ਬਹਿ ਇੱਥੇ ਵਾਹ ਬਈ ਵਾਹ ਸਾਨੂੰ ਬਾਹਰ ਸੁੱਕੀ ਚਾਹ ਆਪ ਥਾਲ ਭਰ ਭਰ ਕੇ ਲੱਡੂਆਂ ਦੇ ਲੱਡੂ ਬਥੇਰੇ ਜਿੰਨੇ ਮਰਜ਼ੀ ਖਾਓ ਕਾਲੇ ਡੱਬੇ ਵਾਲਾ ਸੀ ਸਾ ਬੀਬੀ ਹੱਥ ਜੋੜ ਕੇ ਕਹਿੰਦੀ ਹੁੰਦੀ ਹੈ ਆਪਕਾ ਸਵਾਗਤ ਹੈ ਬੋਲਾ आज रात 12 बजे से पूरे देश में मोदी प्रधान आज रात 12 बजे से संपूर्ण देश में संपूर्ण लॉकडाउन होने जा रहा है। हिंदुस्तान के हर नागरिक को बचाने के लिए आपके परिवार को बचाने के लिए आज रात 12 बजे से घरों से बाहर निकलने पर पूरी तरह पाबंदी लगाई जा रही है। अभी के हालात को देखते हुए देश में ये लॉकडाउन 21 दिन का होगा, 3 सप्ताह का होगा। अरे बहुत बढ़िया हो गया, ਹੁਣ ਵਿਹਲੇ ਹੋ ਕੇ ਇੱਕੀ ਦਿਨ ਘਰੇ ਬਹਿ ਕੇ ਵਿਆਹ ਦੀਆਂ ਖੁਸ਼ੀਆਂ ਮਨਾਓ ਤੁਸੀਂ ਸਾਰੇ ਹੈ ਨਜ਼ਾਰੇ ਲਓਗੇ ਆਉਣਾ ਭਾਈ ਆਉਣਾ ਓਏ ਬੱਲੇ ਸ਼ੇਰਾ ਬੱਲੇ ਚਾਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚਾ ਟੀਵੀ ਦੇਖ ਰਿਹਾ ਕੀ ਗੱਲ ਹੋ ਗਈ 12 ਵਜੇ ਕਰਫਿਊ ਸ਼ੁਰੂ ਹੋ ਗਿਆ ਪੂਰੇ ਇੰਡੀਆ ਵਿੱਚ ਓਹੋ ਪੁੱਤਰਾ ਇਹ ਤਾਂ ਸਰਕਾਰ ਦੇ ਰੌਲੇ ਨੇ ਕੋਈ ਕਹਿੰਦਾ ਕਰਫਿਊ ਲੱਗਣਾ ਕੋਈ ਕਹਿੰਦਾ ਲੋਕਡਾਊਨ ਹੋਣਾ ਇਹਦਾ ਹੀ ਚੱਲਦਾ ਰਹਿੰਦਾ ਕੰਮ ਚਾਚਾ ਦੁਨੀਆਦਾਰੀ ਹੈ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸਿਹਤ ਦਾ ਮਾਮਲਾ ਹੈ ਅੱਛਾ ਤਾਂ ਪੁੱਤ ਦੇਖ ਲੈਣੇ ਮੈਂ ਤੈਨੂੰ ਮਿਲਦਾ ਪੁੱਤ ਓਏ ਆ ਕੀ ਹੋ ਗਿਆ ਤੱਤਾ ਪਾਣੀ ਪਿਆਈ ਜਾਂਦੇ ਆ ਉੱਤੋਂ ਗੋਡੇ ਗੋਡੇ ਗਰਮੀ ਆ ਏਕਾ ਸਾਲੇ ਲੋਕਡਾਊਨ ਨੇ ਮੱਤ ਮਾਰੀ ਆ ਓਏ ਰਾਤ ਦੀ ਟੋਟ ਲੱਗੀ ਆ ਓਏ ਦਾਰੂ ਤਾਂ ਕਿਸੇ ਨੇ ਮੈਨੂੰ ਕੀ ਪੁੱਛਣੀ ਆ ਕਿਸੇ ਨੇ ਬੱਤਾ ਨਹੀਂ ਪਿਆ ਮੈਨੂੰ ਬਾਬਾ ਜੀ ਬਿਲਕੁਲ ਠੀਕ ਕਹਿਣ ਡਿਆ ਮਾਸੜ ਜੀ ਫੁੱਫੜ ਜੀ ਸਭ ਕੁਝ ਰੈਡੀ ਪਿਆ ਵਾ ਬਸ ਲਿਆਉਣ ਵਾਲਾ ਹੈ ਬਾਹਰ ਪੁਲਿਸ ਖੜੀ ਆ ਲੋਕਡਾਊਨ ਕਰਕੇ ਬਾਹਰ ਨਹੀਂ ਜਾ ਰਹਾ ਓਹੋ ਪਰ ਮੈਨੂੰ ਦੱਸੋ ਅਸੀਂ ਗੱਲ ਕੀ ਹੋਈ ਹੈ ਨਾ ਤੈਨੂੰ ਨਹੀਂ ਪਤਾ ਕੀ ਹੋਇਆ ਸਵੇਰ ਤੇ ਇਕੱਠੇ ਕਰਕੇ ਪਾਏ ਸਾਰੇ ਨਾ ਪਾਣੀ ਨਾ ਧਾਣੀ ਨਾ ਇੱਜ਼ਤ ਕਰਨੀ ਆਉਂਦੀ ਤੈਨੂੰ ਉੱਤੋਂ ਲੋਕਡਾਊਨ ਹੋ ਗਿਆ ਨਾ ਜਾਈਏ ਕਿੱਥੇ ਚੱਲ ਪਰਾਉਣਿਆ ਹੌਸਲਾ ਰੱਖ ਪਰਾਉਣਿਆ ਗੁੱਸਾ ਕਾਹਤੋਂ ਕਰਦਾ ਤੁਸੀਂ ਕਿੱਥੇ ਜਾਣਾ ਤੁਹਾਡਾ ਆਪਦਾ ਘਰ ਹੈ ਭਾਈ ਬੈਠੋ ਰੋਟੀ ਪਾਣੀ ਛਕੋ ਇੱਥੇ ਉਹ ਇੱਥੇ ਹੈ ਕੀ ਆ ਨਾ ਤੁਹਾਡੇ ਕੋਲ ਹੈ ਕੀ ਆ ਛਿੱਕੂ ਨਾ ਸਵੇਰ ਦੇ ਉੱਤੇ ਬੈਠੇ ਸਾਰੇ ਨਾ ਪਾਣੀ ਨਾ ਧਾਣੀ ਉੱਧਰ ਵੇਖ ਗੁੱਸਾ ਨਾ ਕਰ ਕੋਈ ਨੀ ਪਰਾਉਣਿਆ ਬੈਠੋ ਤੁਸੀਂ ਮੈਂ ਕਰਦਾ ਹੀਲਾ ਕਰਦਾ ਹੀਲਾ ਸਾਰੇ ਪਾਸੇ ਸੁਨਸਾਨ ਸਹੀ ਆ
ਉਹ ਲੋਕ ਤਾਂ ਡਰਦੇ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਮਰਦ ਕੱਲੇ ਹੀ ਗਾਜਦੇ ਆ ਨਾ ਫਿਰ ਬੋਰਡ ਥੱਲੇ ਉਹ ਮਰਦਾ ਤੈਨੂੰ ਨਹੀਂ ਪਤਾ ਲੋਕਡਾਊਨ ਲੱਗਾ ਹੈ ਲੋਕਡਾਊਨ ਉਹ ਕੀ ਹੁੰਦਾ ਹੈ ਦੱਸੀ ਉਹ ਤੈਨੂੰ ਨਹੀਂ ਪਤਾ ਆਪਣੇ ਕਰੋਨਾ ਦੀ ਬਿਮਾਰੀ ਆ ਗਈ ਆ ਕਰੋਨਾ ਦੀ ਬਿਮਾਰੀ ਉਹ ਤੁਹਾਡੇ ਨਾਲ ਉਹ ਮਾੜੀ ਹੁੰਦੀ ਆ ਆ ਫੜਾਈ ਜਰਾ ਮੈਨੂੰ ਇਹਦੀ ਮੈਂ ਖੜਦੇ 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 ਮੈਂ ਤੇਰੀ ਖੋ 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 ਮੈਂ ਤਾਂ ਸਾਨੂੰ ਦੱਸ ਸਭ ਲੱਗੀ ਸਾਨੂੰ ਕੋਈ ਖਤਰਨਾਕ ਬਿਮਾਰੀ ਆ ਉਹ ਤਾਂ ਬਲਾ ਬਿਮਾਰੀ ਨਾਲ ਤਾਂ ਬਾਅਦ ਚ ਮਰਨਾ ਪਹਿਲਾਂ ਠੇਡੇ ਲਵਾ ਲਵਾ ਮਾਰ ਦੇਣਾ ਤੁਸੀਂ ਆ ਮੁੱਕ ਗਈ ਸਾਲੀ ਪੁਰਾਣੇ ਉਹ ਮੈਨੂੰ ਲੱਗਦਾ ਮੁੱਕ ਗਈ ਚੌਕ ਤੌਂਕੇ ਤਾਂ ਹੈਗੀ ਆ ਹਜੇ ਇਹਦੇ ਨਾਲ ਤਾਂ ਸੰਗ ਵੀ ਕਿੱਲਾ ਨਹੀਂ ਹੋਣਾ ਫੜਾ ਮਗਾ ਸਾ ਥੋੜੀ ਹੋਰ ਮਗਾਈਏ ਫਿਰ ਮਗਾ ਸਾ ਥੋੜੀ ਹੋਰ ਮਗਾਈਏ ਮੰਗਿਆ ਕਮੇਰ ਹਾਂ ਦੱਸ ਦਾਰੂ ਮੁੱਕ ਗਈ ਲਿਆ ਮੈਨੂੰ ਰਿਸ਼ਤਾ ਕਰਾ ਉਹ ਕਰਾ ਦਿਆਂਗੇ ਤੈਨੂੰ ਵੀ ਰਿਸ਼ਤਾ ਲੱਭ ਲਿਆ ਕੋਈ ਜਿਹਦੀ ਡੇਟ ਐਕਸਪਾਇਰ ਹੋਈ ਹੋਵੇ ਲੱਭੋ ਇਹਦੇ ਲਈ ਯਾਰ ਡੇਟ ਵਾਲਾ ਰਿਸ਼ਤਾ ਉਹ ਲੋਕੋ ਘਰਾਂ ਤੋਂ ਬਾਹਰ ਨਾ ਨਿਕਲਿਓ ਪੁਲਿਸ ਆ ਗਈ ਏ ਤੇ ਭਾਈ ਕੌਣ ਉਹ ਲੱਗੀ ਤੇਰੀ ਪੁਲਿਸ ਡਾਉ ਗਈ ਫੱਕੀ ਤੇ ਮੰਗਿਆ ਭੱਜ ਕੇ ਉੱਪਰ ਚੜ੍ਹ ਤੇ ਸਾਰੇ ਚੜ੍ਹ ਜਾਓ ਕੋਠਿਆਂ ਤੇ ਚੜ੍ਹ ਜਾਓ ਸਾਰੇ ਜਣੇ ਗੇਟ ਖੋਲੋ ਗੇਟ ਹਾਂਜੀ ਮੈਂ ਤਾਂ ਬਾਹਰੋਂ ਆਇਆ ਤੁਹਾਡੇ ਕੋਈ ਨਾ ਪੁੱਤ ਸਾਡੇ ਤਾਂ ਕੋਈ ਨੀ ਆਇਆ ਸੁੱਖ ਤਾਂ ਹੈ ਤੁਹਾਨੂੰ ਨੀ ਪਤਾ ਸਰਕਾਰ ਵੱਲੋਂ ਹੁਕਮ ਆ ਜਿਹੜੇ ਬਾਹਰੋਂ ਆਏ ਉਹਨਾਂ ਦਾ ਕਰੋਨਾ ਟੈਸਟ ਹੋਣਾ ਤੇ 14 ਦਿਨ ਉਹਨਾਂ ਨੂੰ ਕੁਆਰੰਟਾਈਨ ਰਹਿਣਾ ਪੈਣਾ ਪੁੱਤ ਸਾਡੇ ਤਾਂ ਕੋਈ ਬਾਹਰ ਗਿਆ ਹੀ ਨਹੀਂ ਕੀ ਹੋਇਆ ਮਾਤਾ ਇਹ ਕੌਣ ਆ ਇਹ ਤਾਂ ਸਾਡਾ ਭਈਆ ਜੀ ਭਈਆ ਇੱਕ ਮਿੰਟ ਜਨਾਬ ਮੈਨੂੰ ਦਾਜ ਤਾਂ ਕੁਝ ਕਾਲਾ ਲੱਗਦਾ ਇੰਨਾ ਸੋਹਣਾ ਭਈਆ ਭਈਏ ਤਾਂ ਕਾਲੇ ਹੁੰਦੇ ਆ ਇਹ ਜੀ ਸਪੈਸ਼ਲ ਮੰਗਵਾਇਆ ਨੇਪਾਲ ਤੋਂ ਕਦੋਂ ਦੇ ਭਈਏ ਆਉਣ ਲੱਗੇ ਜੇ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਤ ਬਾਹਰ ਲੋਕ ਜਾ ਸਕਦੇ ਆ ਤਾਂ ਭਈਏ ਵੀ ਨੇਪਾਲ ਤੋਂ ਆ ਸਕਦੇ ਨਾ ਚਲੋ ਚਲੋ ਬੇਟਾ ਕੰਮ ਕਰੋ ਆਪਣਾ ਜਾਤਾ ਮਾਤਾ ਜੀ ਇੱਕ ਮਿੰਟ ਮਾਤਾ ਇਹ ਕੀ ਚੱਲ ਰਿਹਾ ਜਾਣੇ ਤੁਸੀਂ ਦੋ ਆ ਪਲੇਟਾਂ 15 ਇਕੱਠੀਆਂ ਕੀਤੀਆਂ ਇਹ ਚੱਕਰ ਕੀ ਆ ਵੇ ਪੁੱਤ ਉਹ ਤਾਂ ਸਾਡਾ ਭਈਆ ਨਾ ਨੇਪਾਲੀ ਤਰ੍ਹਾਂ ਤਰ੍ਹਾਂ ਦੀਆਂ ਕੌਲੀਆਂ 'ਚ ਤਰ੍ਹਾਂ ਤਰ੍ਹਾਂ ਦਾ ਖਾਣਾ ਖਾਂਦਾ ਹੈ ਅੰਡਰਸਟੈਂਡ ਚਲੋ ਠੀਕ ਹੈ ਮਾਤਾ ਬਾਕੀ ਖਿਆਲ ਰੱਖੋ ਹੱਥ ਮੂੰਹ ਧੋਂਦੇ ਰਹਿਣਾ ਤੇ ਮਾਸਕ ਪਾ ਕੇ ਰੱਖਣਾ ਚਲੋ ਬਈ ਮੁੰਡਿਓ ਚੰਗਾ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੋਕਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਵਿਆਹ ਸਮਾਗਮ ਵਿੱਚ 11 ਜਣੇ ਤੋਂ ਵੱਧ ਬੰਦੇ ਨਹੀਂ ਜਾ ਸਕਣਗੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਦੇਖ ਭੂਆ ਮੈਂ ਹੈਗਾ ਇਸ ਘਰ ਦਾ ਕੱਲਾ ਕੱਲਾ ਜਵਾਈ ਮੇਰਾ ਪਰਿਵਾਰ ਤੇ ਪੂਰਾ ਜਾਊਗਾ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿੰਨੇ ਜਾਣਾ ਤੇ ਕਿੰਨੇ ਨਹੀਂ ਜਾਣਾ ਗੱਲ ਸੁਣੋ ਜਿਦੀਆ ਜੇ ਤੇਰਾ ਪਰਿਵਾਰ ਜਾਊ ਪਰਿਵਾਰ ਮੇਰਾ ਵੀ ਸਾਰਾ ਹੀ ਜਾਊ ਮੈਂ ਪਹਿਲਾਂ ਇਸ ਘਰ ਦਾ ਪਰਾਉਣਾ ਹੋਰ ਕੀ ਅੱਛਾ ਅਸੀਂ ਵੀ ਫਾਲਤੂ ਨੀ ਹੈਗੇ ਗੇ ਜੇ ਤੁਹਾਡੇ ਦੋਵਾਂ ਦਾ ਪਰਿਵਾਰ ਜਾਊਗਾ ਨਾ ਮੇਰਾ ਵੀ ਸਾਰਾ ਪਰਿਵਾਰ ਜਾਊਗਾ ਮੈਂ ਹੋਰੂ ਕਹਿਣਾ ਫਿਰ ਮੈਨੂੰ ਤੇ ਲੱਕੀ ਨੂੰ ਰਹਿਣ ਦਿਓ ਤੁਸੀਂ ਜਾ ਵੜੋ ਉਹ ਗੱਲ ਸੁਣ ਲਓ ਮੇਰੀ ਲੋਕਡਾਊਨ ਲੱਗਿਆ ਹੋਇਆ ਕੋਈ ਮੇਲਾ ਨਹੀਂ ਲੱਗਿਆ ਹੋਇਆ ਜਿਹੜਾ ਸਾਰਾ ਟੱਬਰ ਮੂੰਹ ਚੱਕ ਕੇ ਜਾਊਗਾ ਇੱਕ ਇੱਕ ਜੀ ਜਾਊਗਾ ਸਮਝ ਗਏ ਬਾਕੀਆਂ ਨੂੰ ਤੂੜੀ ਵਾਲੇ ਚ ਤਾਰ ਦਿਓ ਇਹ ਪਮੀਰੀ ਦਾ ਆਖਰੀ ਫੈਸਲਾ ਉਹ ਮੈਨੂੰ ਲੱਗਦਾ ਤੁਹਾਡੇ ਨਾਲ ਗੱਲ ਕਰਦਾ ਕੋਈ ਫਾਇਦਾ ਨਹੀਂ ਮੈਂ ਚੱਲਿਆ ਆਪਣੇ ਸਾਲੇ ਨਾਲ ਗੱਲ ਕਰਦਾ ਕਰ ਲਾ ਲੱਕੀ ਉਹ ਲੱਕੀ ਬਾਹਰ ਨਿਕਲ ਓਏ ਆ ਕੀ ਕਹਿਣ ਡਿਆ ਮੈਂ ਵਿਆਹ ਤੇ ਜਾਣਾ ਮੇਰੀ ਗੱਲ ਸੁਣ ਲਾ
जीजा कोई गल नहीं, टेंशन ले आप सारे ब्याह जाना। लकी ओ लकी मेरी गल सुनो, लकी 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 मेरी गल सुन, मैं भी जाना। मेरी ध्यान नाल गल सुनो, तुसीं सारे मेरे दिल दे करीब बहुत हो। मैं लखविंदर सिंह लक्की, इंग्लैंड दी पक्की पीआर वाला, तुहाडे सब नाल वादा करदा सारे ब्याह जरूर जाओगे। हाय मैं मच्चा लक्की मेरा पुत जींदा वास्ता रे। ओए आ कीती ना साले वाली गल, ओ मेरी गल सुनो, आपा सारे जावांगे, चलो खिचो तैयारी। ओ लक्की खिच तैयारी मेरे साथ जावांगे। ਦਿਲ ਹੋ ਗਏ ਬਈ ਦਾਲ ਖਵਾਉਂਦੇ ਨੂੰ ਹੈ, ਲੋਕਾਂ ਦੇ ਸੰਡ ਹੋਣ ਤੇ ਚਾ ਚੜ ਜਾਂਦਾ ਏ, ਪੁੰਜੇ ਅੱਡੀ ਨਹੀਂ ਲੱਗਦੀ। ਕੋਈ ਮੀਟ ਲਿਆਉਂਦਾ ਏ, ਕੋਈ ਮੱਛੀ ਲਿਆਉਂਦਾ ਏ, ਇੱਥੇ ਸਵੇਰ ਨੂੰ ਵੀ ਉਹ ਦਾਲ, ਸ਼ਾਮ ਨੂੰ ਵੀ ਉਹ ਦਾਲ। ਆ ਬਈ ਦਾਲ ਲਿਆ ਕੇ ਮੇਰੇ ਸਿਰ ਚ ਪਾ ਦਿਓ। ਸਹੀ ਆ ਪਾਪਾ, ਨਾ ਕੱਲ ਦੇ ਆਂਡੇ ਦਿੱਤੇ ਨਾ ਦੁੱਧ, ਆ ਕੱਚੀ ਲੱਸੀ ਪਿਆਈ ਜਾਂ ਆਂਡੇ ਆ, ਵੇਖੋ ਮੈਂ ਕਿੰਨਾ ਲਿੱਸਾ ਹੋ ਗਿਆ। ਮਾਸੀ ਤੈਨੂੰ ਕੀ ਹੋਇਆ, ਬੜੀ ਚੁੱਪ ਬੈਠੀ ਏ। ਨਾ ਚੁੱਪਣਾ ਬੈਠਾ ਤੇ ਕੀ ਕਰਾਂ, ਅੰਦਰੋਂ ਰਸੋਈ ਚ ਥੱਬਾ ਰੋਟੀਆਂ ਦਾ ਲਾ ਕੇ ਆਈ ਆ। ਮਾਸੀ ਆ ਦਾਲ ਨੂੰ ਤੜਕਾ ਲਾ ਦੇ, ਮਾਸੀ ਆ ਸਬਜ਼ੀ ਨੂੰ ਤੜਕਾ ਲਾ ਦੇ। 10 ਮਿੰਟ ਤੇ ਇਹ ਨਹੀਂ ਪਤਾ ਲੱਗਦਾ ਵੀ ਘਰੋਂ ਵਿਆਹ ਆਏ ਕਿ ਤੁਹਾਡਾ ਕੰਮ ਕਰਨ ਆਈ ਆ। ਕਾਹਨਾਂ ਡਿੱਗੀ ਆ, ਕੋਈ ਬਿਜਲੀ ਨਹੀਂ ਡਿੱਗੀ ਹੈ, ਆਪੇ ਲੋਕਡਾਊਨ ਤੋਂ ਬਾਅਦ ਚੱਕ ਦੇਵਾਂਗੇ। ਮੈਂ ਤੇਰੇ ਪਿਓ ਦੇ ਘਰ ਇੱਕ ਮਿੰਟ ਨਹੀਂ ਰਹਿਣਾ ਹੁਣ, ਚੱਲ ਜਲਦੀ ਕਰ। ਕੀ ਹੋ ਗਿਆ ਤੁਹਾਨੂੰ, ਕਿਉਂ ਜਿੱਦ ਕਰੀ ਜਾਂਦੇ ਹੋ? ਬਾਪੂ ਜੀ ਕਰ ਤਾਂ ਰਹੇ ਆ ਜਿੰਨਾ ਕਰ ਸਕਦੇ ਆ। ਜਾਣਦਾ ਤੇਰੇ ਬਾਪੂ ਜੀ ਨੂੰ ਮੈਂ, ਕੁਛ ਕਰਨ ਜੋਗਾ ਨਹੀਂ ਹੈਗਾ ਉਹ, ਇਹ ਕਾਹੇ ਜੋਗਾ ਨਹੀਂ ਹੈਗਾ। ਇਹ ਵਿਆਹ ਵਾਲਾ ਘਰ ਘੱਟ ਤੇ ਮਰਗ ਵਾਲਾ ਮੈਨੂੰ ਜ਼ਿਆਦਾ ਲੱਗਦਾ। ਪੁੱਤ ਕੀ ਹੋਇਆ, ਮੈਨੂੰ ਦੱਸੋ ਕਿਹੜੀ ਚੀਜ਼ ਦੀ ਘਾਟ ਮੈਂ ਪੂਰੀ ਕਰ ਦੇਣਾ। ਨਾ ਇੱਥੇ ਪੂਰੀ ਕਿਹੜੀ ਆ, ਸਾਰੀਆਂ ਚੀਜ਼ਾਂ ਦੀ ਘਾਟ ਆ ਇੱਥੇ। ਆ ਵੇਖ ਪਰੌਣਿਆਂ ਦੇ ਚਿਹਰੇ, ਵੇਖ ਸਾਰਿਆਂ ਦੇ ਕਿੱਦਾਂ ਲਟਕੇ ਪਏ ਆ। ਉਹ ਜੇ ਮੂੰਹ ਨਹੀਂ ਬੋਲਦੇ, ਤੈਨੂੰ ਆਪ ਅਕਲ ਚਾਹੀਦੀ ਆ। ਸਾਰੀ ਦੁਨੀਆ 'ਚ ਲੋਕਡਾਊਨ ਹੋਇਆ ਪਿਆ, ਨਾਲੇ ਇਹਦੇ 'ਚ ਪਾਪਾ ਦਾ ਕੀ ਕਸੂਰ ਹੈ? ਤੁਹਾਡੀ ਵੀ ਧੀਆਂ ਹੈ ਨਾ, ਦੇਖਾਂਗੇ ਉਹਨਾਂ ਦੇ ਵਿਆਹ ਕਰੋਗੇ ਕਿੰਨੇ ਕੁ ਚੰਨ ਚਾੜਦੇ ਹੋ। ਮੈਂ ਇਸ ਘਰ 'ਚ ਨਾ ਹੁਣ ਇੱਕ ਮਿੰਟ ਨਹੀਂ ਰੁਕਣਾ, ਚੱਲ ਚੱਲ ਜਲਦੀ ਕਰ। ਜਾਓ ਛੇਤੀ ਜਾਓ, ਹੱਥ ਜੋੜੇ ਤੁਹਾਡੇ ਅੱਗੇ, ਬੜੀ ਮਿਹਰਬਾਨੀ ਹੋਏਗੀ ਤੁਹਾਡੇ ਤੇ। ਉਹ ਤੂੰ ਚੁੱਪ ਕਰ ਪੁੱਤ, ਤੁਸੀਂ ਰਹਿਣ ਦੋ ਪਾਪਾ, ਉਹ ਜਾਣ ਦੋ ਇਹਨਾਂ ਨੂੰ ਗੱਲਾਂ ਦਾ। ਤੂੰ ਐਵੇਂ ਗੁੱਸਾ ਨਾ ਕਰ, ਜਦੋਂ ਇਹ ਸਿਆਣੀ ਹੋਊਗੀ ਨਾ ਉਦੋਂ ਆ ਜਾਗੇ ਅਸੀਂ। ਉਹ ਚੱਲ ਹੁਣ, ਚੱਲ ਚੱਲ ਪੁੱਤ ਜਲਦੀ ਕਰ, ਚੱਲ ਹੋ ਜਾ। ਇਹੋ ਜਿਹੇ ਰਿਸ਼ਤੇਦਾਰਾਂ ਦਾ ਆਪਾਂ ਕੀ ਕਰਨਾ ਜਿਹੜੇ ਸਾਡੀ ਮਜਬੂਰੀ ਵੀ ਨਹੀਂ ਸਮਝ ਸਕਦੇ? ਇਹ ਸਮਝਦੀ ਹੁੰਦੀ ਹੈ ਗੱਲ, ਪ੍ਰਾਹੁਣਾ ਘਰੋਂ ਰਿਸਕ ਨਹੀਂ ਜਾਣਾ ਚਾਹੀਦਾ। ਉਹ ਪ੍ਰਾਹੁਣਿਆ, ਉਹ ਪ੍ਰਾਹੁਣਿਆ, ਤੁਸੀਂ ਟੋਰਾਂ ਕੱਢੀ ਜਾਓ। ਹਾਂ ਸਹੁਰੇ ਆਏ ਹੋਏ ਆ, ਲੋਕਾਂ ਨੂੰ ਕਰੋਨਾ ਦੀ ਫਿਕਰ ਪਈ ਆ ਤੇ ਤੁਹਾਨੂੰ ਆਪਣੀਆਂ ਮੁੱਛਾਂ ਦੀ ਫਿਕਰ ਪਈ ਆ। ਤੁਹਾਨੂੰ ਡਰੀ ਜਾਂਦੀ ਆ ਭਾਗਵਾਨ ਨੇ, ਇਹ ਤਾਂ ਦੱਸ ਦੇ ਸਹਿਰੀਆਂ ਦੀ ਬਿਮਾਰੀ ਆ, ਪਿੰਡਾਂ ਵਾਲਿਆਂ ਨੂੰ ਕੁਛ ਨਹੀਂ ਹੁੰਦਾ। ਬਾਪੂ ਭੈਣ ਨੇ ਵਿਆਹ ਤੋਂ ਨਾ ਕਰਤੀ, ਤੁਸੀਂ ਮੁੰਡੇ ਵਾਲਿਆਂ ਨੂੰ ਫੋਨ ਕਰਕੇ ਦੱਸ ਦਿਓ। ਮੇਰੀ ਗੱਲ ਸੁਣ ਲਓ ਸਾਰੇ ਧਿਆਨ ਨਾਲ, ਮਾਸਕ ਆਪਣੇ ਮੂੰਹ ਤੇ ਸਾਰਿਆਂ ਨੇ ਪਾ ਕੇ ਰੱਖਣੇ ਆ। ਉਹ ਆਪ ਚੋਲਿਆ ਮੂੰਹ ਢੱਕਣਾ ਜਾਂ ਸਾਨੂੰ ਵੀ ਦੇ ਜਾ ਇੱਕ। ਛੱਡੋ ਨਾ, ਤੁਸੀਂ ਕੀ ਕਰਨਾ, ਤੁਸੀਂ ਤਾਂ ਪਿੰਡਾਂ ਵਾਲੇ ਹੋ। ਜਦੋਂ ਤੱਕ ਵਿਆਹ ਨਹੀਂ ਹੁੰਦਾ, ਜੇ ਕਿਸੇ ਦੇ ਮੂੰਹ ਤੇ ਮਾਸਕ ਨਾ ਦਿਖਿਆ ਤਾਂ ਸਮਝੋ ਬਰਾਤ ਕੈਂਸਲ, ਅੰਡਰਸਟੈਂਡ? ਭੈਣ ਜੀ ਉਹਨਾਂ ਦਾ ਫੋਨ ਆਈ ਜਾਂਦਾ। ਪਾ ਮਾਸਕ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਕੀ ਗੱਲ ਹੋ ਗਈ ਬੀਬੀ, ਸੋ ਕੇ ਆ ਨਾ, ਸੋਨੀ ਹੋ ਗਈ ਤੂੰ ਤਾਂ। ਦੱਸ ਭਾਬੀ। ਚੁੱਪ ਕਰ, ਕਰੋਨਾ ਦੇ ਦਿਨਾਂ 'ਚ ਲੋਕਡਾਊਨ ਕਰਕੇ ਉਹਨਾਂ ਨੇ ਵਿਆਹ ਤੋਂ ਮਨਾ ਕਰ ਦਿੱਤਾ। ਵਿਆਹ ਤੋਂ ਮਨਾ ਕਰ, ਕਮਾਲ ਦੀ ਗੱਲ ਹੈ।
ओ लक्की ओ दोपहर तो रात हो गई तू हाले इत्थे भुखा बना बैठा ओ कमला हो गया ओ यार मेरे वाल देख मैं 40 दा हो गया मैं हाले तक आस नहीं छड्डी कोई ना कोई रिश्ता आ ही जांदा तू ते नवा खून है बथेरे रिश्ते आ जाणगे ओ होर की यार कल नू 10 कुड़ियां तेरे सामने खड़ियां कर दूंगा जिहदे ते मर्जी हाथ रख दी ओसे नाल विआह करवा दूंगा ओ मेरा तां काम ही इही आ ਵਿਆਹ ਤਾਂ ਮੈਂ ਭਾਈ ਰੱਜੋ ਨਾਲ ਹੀ ਕਰਾਉਣਾ ਤੈਨੂੰ ਤਾਂ ਪਤਾ ਹੀ ਹੈ ਕਿ ਮੈਂ ਵਿਆਹ ਤੋਂ ਕਿੰਨਾ ਭੱਜਦਾ ਹੁੰਦਾ ਸੀ ਪਰ ਜਦੋਂ ਦਾ ਮੈਂ ਰੱਜੋ ਨੂੰ ਦੇਖਿਆ ਨਾ ਮੇਰੇ ਕੋਲ ਭੱਜ ਨਹੀਂ ਹੋਇਆ ਮੈਨੂੰ ਲੱਗਾ ਕਿ ਇਹੀ ਮੇਰੀ ਮੰਜ਼ਿਲ ਉਹ ਪਰ ਜਵਾਬ ਤਾਂ ਉਹਨਾਂ ਨੇ ਦਿੱਤਾ ਨਾ ਆਪਾਂ ਤਾਂ ਕੁਛ ਨਹੀਂ ਨਾ ਕਰ ਸਕਦੇ ਇਹਦੇ ਵਿੱਚ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਵੀ ਇਹੀ ਹੁੰਦਾ ਜਦੋਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਉਹ ਵੀ ਸ਼ਾਇਦ ਨਹੀਂ ਕਰ ਸਕੇ ਸਾਡੀਆਂ ਉਮੀਦਾਂ ਉਹਨਾਂ ਦੇ ਚੁੱਲ੍ਹਿਆਂ ਨਾਲੋਂ ਮਹਿੰਗੀਆਂ ਨੇ ਤੇ ਉਹਨਾਂ ਨੇ ਮਨਾ ਹੀ ਕਰਨਾ ਸੀ ਲੱਕੀ ਉਹ ਲੱਕੀ ਉਹ ਯਾਰ ਗੱਲ ਤਾਂ ਸੁਣ ਲੱਕੀ ਲੱਕੀ ਉਹ ਰੁਕ ਜਾ ਯਾਰ ਓਹੋ ਉਹ ਛੇਤੀ ਕਰੋ ਯਾਰ ਮੈਂ ਉਹਨਾਂ ਨੂੰ ਆਖਿਆ ਸੀ ਅਸੀਂ ਟਾਈਮ ਨਾਲ ਪਹੁੰਚ ਜਾਾਂਗੇ ਓ ਯਾਰ ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਵੈਸੇ ਤਾਂ ਆਪਣਾ ਖੁਸ਼ੀਆਂ ਦਾ ਮਾਹੌਲ ਆ ਪਰ ਆਪਾਂ ਉਸ ਰੱਬ ਦੀ ਰਜ਼ਾ ਤੇ ਸਰਕਾਰ ਦਾ ਕਾਨੂੰਨ ਵੀ ਮੰਨਣਾ ਪੈਣਾ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਬਰਾਤ 'ਚ ਆਪਾਂ 5 ਕੀ ਜਾਣੇ ਜਾਵਾਂਗੇ ਔਰ ਜਿਨ੍ਹਾਂ ਨੇ ਵੀ ਜਾਣਾ ਆ ਮਾਸਕ ਲਾ ਕੇ ਸੋਸ਼ਲ ਦੂਰੀ ਦਾ ਧਿਆਨ ਰੱਖਣਾ ਧਿਆਨ ਰੱਖਣਾ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰਪੰਚ ਨੇ ਕੀ ਨਵਾਂ ਸਿਆਪਾ ਪਾਤਾ ਉਹ ਲੱਕੀ ਆ ਸਰਪੰਚ ਨੇ ਕੀ ਨਵਾਂ ਸਿਆਪਾ ਖੜਾ ਕਰਤਾ ਕਹਿੰਦਾ 5 ਜਾਣੇ ਜਾਣਗੇ ਬਰਾਤ ਦੇ ਵਿੱਚ ਜਦ ਸਰਕਾਰ ਨੇ ਲਿਖ ਕੇ ਮਨਜ਼ੂਰੀ ਦਿੱਤੀ ਹੈ ਕਿ 11 ਜਾਣੇ ਬਰਾਤ ਜਾਣਗੇ ਐਵੇਂ ਮਾਮਾ ਬਣੀ ਫਿਰਦਾ ਉਹ ਜੀਜਾ ਤੁਸੀਂ ਫਿਕਰ ਨਾ ਕਰੋ ਜੇ 5 ਵੀ ਜਾਣਗੇ ਨਾ ਤੇ ਤੁਸੀਂ ਉਹਨਾਂ 5 ਵਿੱਚੋਂ 1 ਜ਼ਰੂਰ ਹੋਵੋ ਲੱਕੀ ਪੁੱਤਰ ਤੂੰ ਆਪਣੇ ਵਾਅਦੇ ਤੋਂ ਮੁੱਕਰ ਰਿਹਾ ਤੂੰ ਤਾਂ ਕਹਿੰਦਾ ਸੀ ਆਪਾਂ ਸਾਰੇ ਬਰਾਤ ਚੱਲਾਂਗੇ ਮੈਂ ਕਦੋਂ ਮੁੱਕ ਰਿਹਾ ਆਪਾਂ ਸਾਰੇ ਜਾਵਾਂਗੇ ਤੂੰ ਰਹਿਣ ਦੇ ਪੁੱਤ ਐਵੇਂ ਕਿਤੇ ਸਾਨੂੰ ਅੰਦਰ ਨਾ ਕਰਾ ਦੀ ਕੱਲ ਨੂੰ ਹੋਰ ਅਖਬਾਰ 'ਚ ਖਬਰ ਲੱਗੀ ਹੋਵੇ ਵੀ ਬਰਾਤ ਨੂੰ ਕੀਤਾ ਪੁਲਿਸ ਨੇ ਅੰਦਰ ਤੂੰ ਮਾਫ ਕਰ ਭਰਾਵਾ ਇਹ ਬੀਬੀ ਤੂੰ ਵੀ ਬਸ ਕਲੈਣੇ ਵਾਂਗੂ ਹੋਰ ਹੀ ਬੋਲੀ ਬੋਲੀ ਜਾਓ ਵਾਹੀ ਸਾਨੂੰ ਲੱਕੀ ਇੱਕ ਸਕੀਮ ਬਣਾਈ ਹੈ ਵੀ ਜਾਵਾਂਗੇ ਆਪਾਂ ਵੱਖਰੇ ਵੱਖਰੇ ਰਾਹ ਜਾਵਾਂਗੇ ਇੱਕੋ ਵਿਆਹ ਤੇ ਮਤਲਬ ਰਸਤਾ ਔਖਾ ਏ ਪਰ ਕੋਈ ਗੱਲ ਨਹੀਂ ਆਪਾਂ ਮਿਲ ਕੇ ਤੈਅ ਕਰਾਂਗੇ ਆਓ ਖਾਈਏ ਸੌ ਤੇ ਆਪਾਂ ਪੁਲਿਸ ਦੇ ਹੱਥੇ ਨਹੀਂ ਆਵਾਂਗੇ ਨਹੀਂ ਆਵਾਂਗੇ ਲੱਕੀ ਦੇ ਵਿਆਹ ਤੇ ਹਮ ਹਮਾ ਕੇ ਪਹੁੰਚਾਂਗੇ ਪਹੁੰਚਾਂਗੇ ਤੂੰ ਆਪਣਾ ਰੰਡੀ ਲਾਉਣਾ ਬੰਦ ਕਰ ਜਾ ਬੇਟਾ ਤੂੰ 4 ਸੇਰੇ ਲੈ ਕੇ ਆ ਐਕਸਟਰਾ 4 ਲਾੜੇ ਬਣਨਗੇ ਅਲੱਗ ਅਲੱਗ ਗੱਡੀ 'ਚ ਬੈਠਣਗੇ ਵੱਖਰੇ ਵੱਖਰੇ ਰਾਹਾਂ ਤੇ ਜਾ ਕੇ ਇੱਕੋ ਵਿਆਹ ਤੇ ਜਾਵਾਂਗੇ ਸਮਝ ਗਏ ਤੇ ਸਮਝਾਵਾਂ ਫਿਰ ਅੰਗਰੇਜ਼ੀ 'ਚ ਬੀਬੀ ਇੱਕ ਸੇਰਾ ਮੇਰੇ ਵੇਲੇ ਵਾ ਦੇ
ਲਵਾਵਾਂ ਤੁਹਾਨੂੰ ਸਵੇਰੇ ਚੁੱਪ ਕਰਕੇ ਬਹਿ ਜਾਓ। ਚਲੋ ਚਲੋ ਛੇਤੀ ਕਰੋ, ਬਹੁਤਾ ਟਾਈਮ ਹੈ ਨਹੀਂ ਆਪਣੇ ਕੋਲ। ਭਾਬੀ ਲਿਆ ਫਿਰ ਇੱਕ ਸਿਰਾ, ਮੈਨੂੰ ਵੀ ਦੇ ਦੇ। ਭਜੋ ਟਿੱਕੇ। ਨਹੀਂ ਚਾਚਾ, ਅੱਜ ਤੂੰ ਸਾਡੇ ਨਾਲ ਮੇਰੀ ਗੱਡੀ ਵਿੱਚ ਜਾਵੇਂਗਾ। ਮੈਂ ਚਾਹੁੰਦਾ ਅੱਜ ਦੇ ਦਿਨ ਤੂੰ ਮੇਰੇ ਨਾਲ ਹੋਵੇ, ਮੇਰਾ ਪਿਓ ਬਣ ਕੇ। ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਲੱਗੀ, ਏਦਾਂ ਤੂੰ ਮੇਰਾ ਪੁੱਤ ਆ, ਪਰ ਅੱਜ ਦਾ ਦਿਨ ਤੂੰ ਮੈਨੂੰ ਮੇਰੇ ਲਈ ਦੇ ਦੇ। ਮੈਂ ਵਿਚੋਲੇ ਦੀ ਗੱਡੀ ਵਿੱਚ ਬਹਿ ਕੇ ਜਾਣਾ, ਕੀ ਪਤਾ ਇਸੇ ਵਿੱਚ ਤੇਰੇ ਵਿਆਹ ਵਾਲਾ ਲੌਕ ਖੁੱਲ ਜਾਵੇ। ਮੈਨੂੰ ਮਾਫ਼ ਕਰ ਦੇ ਲੱਕੀ, ਮੈਨੂੰ ਮਾਫ਼ ਕਰ ਦੇ, ਮੈਂ ਤੇਰੇ ਨਾਲ ਨਹੀਂ ਜਾ ਸਕਦਾ ਪੁੱਤਰਾ, ਨਹੀਂ ਜਾ ਸਕਦਾ। ਬੇ ਤੂੰ ਜਿੱਥੇ ਜਾਣਾ ਜਾ ਮਰ। ਚਲੋ ਉੱਠੋ ਸਾਰੇ, ਉੱਠੋ, ਆਪਾਂ ਲੇਟ ਹੋ ਰਹੇ ਆ। ਚਲੋ ਚਲੋ ਉੱਠੋ, ਚਲੋ। ਹਾਂ ਹਾਂ ਚਲੋ 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 ਚਲੋ। ਉਹ ਮਾਈ ਛੇਤੀ ਕਰ, ਹਨਾ ਅਸੀਂ ਲੇਟ ਹੋਈ ਜਾਂਦੇ ਆ। ਹਾਂ ਕੀ ਗੱਲ ਆ, ਬਰਾਤ ਨਹੀਂ ਤੋਰੀ, ਮੈਂ ਤਾਂ ਨਹੀਂ ਹੋ ਗਈ ਕਿਤੇ। ਅੱਛਾ ਤੈਨੂੰ ਮੈਂ ਦੱਸਾਂ। ਓ ਜੀਜੇ ਕੋਈ ਨਾ ਪੁੱਤ, ਇਹਨਾਂ ਦੀ ਆਦਤ ਹੁੰਦੀ ਹੈ ਕੁੱਤੇ ਵਾਂਗੂ ਭੌਂਕਣ ਦੀ। ਲੈਣਾ ਕਿਸੇ ਥਾਂ ਦਾ ਨਾ ਹੋਵੇ ਤੇ ਲੈ ਫਿਰ ਆ ਗਏ। ਚਲੋ ਯਾਰ ਵਾਹੇ, ਕੰਮ ਤੇ ਇੱਕ ਜਾਣੇ ਦਾ ਸਹਿਰੇ ਇੰਨੇ ਜਾਣੇ ਲਾਈ ਫਿਰਦੇ ਆ। ਤੁਸੀਂ ਵਿਆਹ ਕਰਾਉਣਾ ਕਿ ਸਵੰਬਰ ਰਚਾਉਣਾ ਆ, ਕਿ ਸਹਿਰਿਆਂ ਦੇ ਕੰਪੀਟੀਸ਼ਨ ਲੜਨ ਚੱਲੇ ਜੇ? ਹਟਦਾ ਨਹੀਂ ਫਿਰ। ਓ ਨਾ ਨਾ, ਓ ਜੀਜੇ ਯਾਰ ਓ ਛੱਡੋ, ਛੱਡ ਯਾਰ, ਲੈਣਾ ਮੱਥੇ ਲੱਗ ਗਿਆ ਸਾਡੇ। ਚਲੋ ਛੇਤੀ ਚੱਲੀਏ, ਫੇਰ ਨਾ ਕਿਤੇ ਕੋਈ ਸਿਆਪਾ ਪੈ। ਨਾ ਪੁੱਤ, ਸ਼ੁਭ ਸ਼ੁਭ ਬੋਲ, ਐ ਨਹੀਂ ਬੋਲੀਦਾ। ਚਲੋ ਇੱਕ ਮਿੰਟ ਇੱਕ ਮਿੰਟ, ਲੌਕਡਾਊਨ ਲੱਗਾ ਹੋਇਆ ਸਾਨੂੰ ਥੋੜਾ ਦਿਮਾਗ ਤੋਂ ਕੰਮ ਲੈਣਾ ਪੈਣਾ। ਉਹ ਜਿੱਤੋਂ ਵੀ ਲੈਣਾ ਛੇਤੀ ਲੈ, ਮੇਰਾ ਵਿਆਹ ਵਾਲਾ ਫੀਲ ਮਰਦਾ ਜਾ ਰਿਹਾ। ਆਪਾਂ ਸਾਰੇ ਵਿੱਚੋਂ ਵਿੱਚ ਜਾਵਾਂਗੇ, ਵੱਖਰੇ ਵੱਖਰੇ ਰਸਤੇ, ਤਾਂ ਜੋ ਪੁਲਿਸ ਦੇ ਹੱਥ ਨਾ ਆ ਸਕੀ। ਸਮਝ ਲੱਗੀ? ਉਹ ਲੱਗੀ ਸਮਝ? ਚਲੋ ਚਲੋ ਫਿਰ, ਚਲੋ 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 ਠੰਡੇ ਹੋ ਜਾਣੇ ਪਕੌੜੇ। ਚੱਲ ਹੁਣ ਬਹਿ ਗਏ ਸਾਰੇ, ਹੁਣ ਪਾ ਹੁਣ ਆਟੋ ਵਗੇਰ। ਬਿਨਾਂ ਮਾਸਕ ਦੇ ਕੋਈ ਬੰਦਾ ਨਹੀਂ ਲੰਘਣਾ ਚਾਹੀਦਾ। ਇੱਕ ਇੱਕ ਗੱਡੀ ਨੂੰ ਚੰਗੀ ਤਰ੍ਹਾਂ ਚੈੱਕ ਕਰੋ। ਸ਼ਾਬਾਸ਼, ਆਜੋ ਆਜੋ ਕਰਾਈਏ ਤੁਹਾਡੇ ਫੇਰੇ ਬੋਰਡ ਥੱਲੇ। ਤਿੰਨ ਭਰਾਵਾਂ ਦੇ ਇਕੱਠੇ ਆ ਵਿਆਹ, ਇਹਨਾਂ ਨੂੰ ਇੱਧਰ ਲਾਈਨ 'ਚ ਲਾ, ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਜੀ ਜਨਾਬ। ਚੱਲ ਉੱਥੇ ਕਰਤੇ ਇਕੱਠੇ ਜਨਾਬ, ਆ ਲਓ ਖਬਰ ਇਹਨਾਂ ਦੀ, ਬਿਠਾ ਇਹਨਾਂ ਨੂੰ। ਜੀ ਉਹ ਇੰਨਾ ਟੱਬਰ ਇਕੱਠਾ ਕੀਤਾ, ਤੁਹਾਨੂੰ ਨਹੀਂ ਪਤਾ ਕਰੋਨਾ ਚੱਲਦਾ? ਕਿਹੜਾ ਕਰੋਨਾ ਜੀ, ਕੋਈ ਕਰੋਨਾ ਕਰੋਨਾ ਨਹੀਂ ਹੈ, ਨਾਲੇ ਪਿੰਡਾਂ ਵਾਲਿਆਂ ਨੂੰ ਕਾਹਦਾ ਕਰੋਨਾ, ਵਿਆਹੁਣ ਚੱਲੇ ਆ, ਆਓ ਚੱਲ ਗਏ, ਆਓ ਚੱਲ ਗਏ। ਅੱਛਾ ਜੀ, ਤੂੰ ਸਰ ਮੁਸਰ ਕੀ ਕਰੀ ਜਾਣਾ, ਇੱਧਰ ਆ ਇੱਧਰ ਆ, ਇੱਥੇ ਖਲੋ। ਹੈਗਾ ਜੀ ਕਰੋਨਾ, ਮੈਨੂੰ ਤਾਂ ਪਤਾ ਹੀ ਆ, ਆ ਵੇਖੋ ਜੀ, ਫੁੱਟ ਫੁੱਟ ਦੀ ਦੂਰੀ 'ਤੇ ਬੈਠੋ। ਆਏ ਤੂੰ ਆ ਇੱਧਰ ਸਿਹਰਿਆਂ ਵਾਲਿਆ। ਜਨਾਬ ਚਪੇੜ ਨਾ ਮਾਰਿਓ, ਮੇਰਾ ਸਿਹਰਾ ਖਰਾਬ ਹੋ ਜਾਣਾ। ਇੱਧਰ ਆ। ਕਿਵੇਂ ਆ ਸਿਹਰਾ, ਠੀਕ ਆ? ਤੈਨੂੰ ਨਹੀਂ ਪਤਾ ਲੱਗਣ ਦਿਆ। ਮੰਗਿਆ ਤੂੰ ਕਿ ਉਹਨਾਂ ਦੇ ਮੂੰਹ ਲੱਗ ਕੇ ਜਲੂਸ ਕਢਾਉਣਾ ਪੈਦਾ। ਜਨਾਬ ਇਹ ਬੰਦੇ ਇਕੱਠੇ ਲੱਗਦੇ ਆ, ਉਹ ਵੇਖੋ ਉਹ ਸਿਹਰਿਆਂ ਵਾਲਿਆ, ਉੱਠ ਖੜਾ ਹੋ। ਤੁਸੀਂ ਜਾਣਦੇ ਜੇ ਇੱਕ ਦੂਜੇ ਨੂੰ? ਹਾਂਜੀ ਜਨਾਬ, ਘਰੋਂ ਤਾਂ ਅਸੀਂ ਇਕੱਠੇ ਹੀ ਸਲਾਹ ਕਰਕੇ ਤੁਰੇ ਹਾਂ ਜੀ। ਚੁੱਪ ਮੰਗਿਆ, ਭੁੱਖ ਲੱਗ, ਤੈਨੂੰ ਵੀ ਖਵਾ ਦੇਣਾ ਦੋ ਚਪੇੜਾ, ਬਹਿ ਨਹੀਂ ਹੁੰਦਾ ਟੈਕ ਕੇ। ਇਹ ਕੇਸ ਤੇ ਇਨਵੈਸਟੀਗੇਸ਼ਨ ਤੋਂ ਬਿਨਾਂ ਹੀ ਸੋਲਵ ਹੋ ਗਿਆ, ਇਹਨਾਂ ਨੂੰ ਇਹਨਾਂ ਦੀਆਂ ਗੱਡੀਆਂ ਸੁੱਟੋ ਤੇ ਲੈ ਕੇ ਚੱਲੋ ਥਾਣੇ। ਜਨਾਬ ਫਿਰ ਇਹ ਗੱਲ ਮਜ਼ਾ ਨਹੀਂ ਆਇਆ, ਤੁਸੀਂ ਸਾਨੂੰ ਆਪਣੀ ਗੱਡੀਆਂ 'ਚ ਲੈ ਕੇ ਜਾਓ ਨਾ ਜੀ, ਥੋੜ੍ਹਾ ਫੀਲ ਵੀ ਹੋਣਾ ਚਾਹੀਦਾ ਇਹ ਥਾਣੇ ਵਾਲਾ। ਚਲੋ ਜਨਾਬ, ਚਲੋ ਬੈਠੋ ਗੱਡੀਆਂ ਸਾਰੀਆਂ ਜੀ, ਚਲੋ 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 ਚਲੋ।
शुक्र है वाहिगुरु तेरा। बीबी आपा जल्दी आगे लग जा। चुप कर, मैं रिस्क नहीं लेना चाहती। फोन आ गया जी। सत श्री अकाल जी। सत श्री अकाल जी। आया बेबे। सत श्री अकाल जी। सत श्री अकाल। यार लक्की नु पूछ ला, मिलनी मुलनी तो नहीं करवाती, मेरे वाली छाप तो नहीं पाती किसी नु। चुप है, लगे लगे। हाँ चाचा। ओ लक्की, तेरे चाचे दे सेरे टट गए ओए बचाला, रब दा वास्ता ही लक्की। किथे तुही पुरा फड़ा मेरे ना करा गल। ओ गल सुनो लक्की, हाथों बिना ब्याह कराया ना साब ला ली, फिर साडे ता ठाणे च नील पैणे ही पैणे आ, ब्याह च तेरे भी खई पऊंगी। ओ लक्की पुलिस लगी फड़ के, ओए पुलिस। तुही रुको, मैं करता कुछ। हेलो। हेलो, सत श्री अकाल सरपंच साहब। हाँ लक्की। सारे थाने पहुंच गया, तुही बस जाके यही फिक्स करना कि शाम दे 4 बजे तक बरात बाहर ना निकले। डोंट वरी लक्की, जिद्दां तू कहे। जनाब साडा विआह जी, सानू जान दिओ जी। जान दिओ जी, मेरे बिना गल भी नहीं बननी उत्ते। ओए तुही चुप करके बना के नहीं, गंद पाया तुही, मैं सिरे सुरे जे खिलार देने तुहाडे। तेरेयां दी की गलती है जी। सत श्री अकाल सरपंच साहब। कोई नहीं, टेंशन नहीं लेनी, बैठो सारे जाके, चाह पानी पिलाओ भी इन्हां नूं जी। सरपंच साहब, चाह तां असीं उत्थे जाके पी लांगे जी, लग्गी होणी है जी पकौड़िआं नाल। सानूं सड़ाओ जी सरपंच साहब, जवाई भाई आ जी पिंड दा मैं। कोई नहीं बैठो, होर सुनाओ जी इंस्पैक्टर साहब। वधिया सरपंच साहब, कृपा है तुही दसो। ओग बनया तेरा कीर्तन गाई, जोग बनया। सरपंच साहब, हुण तां चाह पीते नूं 2 घंटे हो गए, हुण तां छड़ा दो जी। हां जी, पर रुक जो, थाने दे काम एडी छेती नहीं मुकदे, थोड़ा टाइम तां लगू, उन्हां चिर तुसीं सारे ठंडा पियो। मुंशी साहब, सारी बरात नूं ठंडा पियो बई। सरपंच साहब, असीं विआह तों लेट होई जांदे आ जी, ठंडा तत्ता तां सानूं उत्थे ही मिल जूगा जी, तुसीं बस सानूं छड़ा दिओ जी। छड़ाओ जी सरपंच साहब, अक्षर नूं जवाई भाई आ मैं पिंड दा। हाँ जी सरपंच साहब, प्लीज। सरपंच साहब हुण तां थोड़े ते है जी। एक मिनट, अपनी अपनी जगह ते बैठो सारे। हर पल डिलाव पर विरती, कर्म दरड़ाया पल राम जियो। सरपंच साहब, असी व्याह तो लेट हो जाने जी। आनंद होवा, आनंद होवा। चंगा इंस्पेक्टर साहब, हुण सानूं छुट्टी दिओ, इन्हें विचारे किसी काम तो लगना जा। ठीक है सरपंच साहब। चंगा जी, जिवें तुहाडा हुकम। जनाब छड़ दिओ, तुहाडा डब्बा पक्का जी लड्डूआं दा। हां बई छड़ दे इन्हां नूं, इह वी रोटी राटी खाण जाके घरे। जी जनाब। चलो चलो भज भज चलो चलो भजो 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 चलो चलो। मैं लगदा भज गए भज गए, विआह हो गया लगदा। हो गया, सरपंच दी कोई चाल लगदी सी। पक्का चाल, मेरी छाप भी गई। पमीरी एक गल पुछा यार, एक बारी तू मैनू कहिंदा नहीं सी ओह कुड़ी बारे जिहड़ी कुड़ी लगाउंदी आ? हाँ हाँ हाँ, ओह व्याही गई कि हैगी आ? हैगी आ। ओह तां तेरे नक्क थले नहीं चढ़ी? नहीं, हुण चढ़ जूगी, करा दे ना हुण चुन्नी चढ़ा वा, सोचांगे। ओ छाप ले ली ओए। जूवे